ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਮੈਂ ਕਹਿੰਦਾ ਕਿ ਜੋ ਕੋਈ ਸੁਝਾਅ ਦਿੰਦਾ ਉਹਨੂੰ ਪਾਰਟੀ 'ਚ ਬਹਿ ਕੇ ਸੁਝਾਅ ਦੇਣਾ ਚਾਹੀਦਾ। ਕਦੇ ਪਾਰਟੀ ਜਾਂ ਘਰ ਜਾਂ ਪਰਿਵਾਰ ਜਾਂ ਦੇਸ਼, ਜਦੋਂ ਕਿਤੇ ਜੰਗ ਲੱਗੀ ਹੁੰਦੀ ਹੈ ਉਦੋਂ ਦੇਸ਼ ਦੇ ਉਦੋਂ ਪਾਰਟੀ ਦੇ ਵਿੱਚ ਨੁਕਤਾ ਚੀਨੀਆਂ ਨਹੀਂ ਹੁੰਦੀਆਂ, ਉਦੋਂ ਉਸ ਜੰਗ ਨੂੰ ਜਿੱਤਣ ਵਾਸਤੇ ਇਕੱਠੇ ਹੋ ਕੇ ਸਿਰ ਜੋੜਨਾ ਪੈਂਦਾ, ਸਾਰਿਆਂ ਨੂੰ ਜਰਨੈਲ ਦੇ ਨਾਲ ਖੜਨਾ ਪੈਂਦਾ। ਇਸ ਕਰਕੇ ਜੋ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਨੇ, ਕਹਿੰਦੇ ਅਸੀਂ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਹਾਂ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਪਾਰਟੀ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਲੜਨਾ ਚਾਹੀਦਾ। ਕੋਈ ਐਸੀ ਗੱਲ ਨਹੀਂ, ਅਨੇਕਾਂ ਵਾਰਾਂ ਜ਼ਿੰਦਗੀ 'ਚ ਹੇਠਾਂ ਉੱਤੇ ਹੁੰਦਾ, ਜਿਵੇਂ ਸੂਰਜ ਚੜ੍ਹਿਆ ਛਿਪਿਆ ਨਹੀਂ ਰਹਿੰਦਾ, ਇਵੇਂ ਜੇਕਰ ਨਾ ਛਿਪਿਆ ਰਹੇ ਅਤੇ ਨਾ ਚੜ੍ਹਿਆ ਰਹੇ। ਸੋ ਮੈਂ ਤਾਂ ਇਹੋ ਹੀ ਬੇਨਤੀ ਕਰਾਂ ਕਿ ਸਾਨੂੰ ਬਾਹਰ ਨਹੀਂ ਅੰਦਰ ਬਹਿ ਕੇ ਕੋਈ ਵੀ ਗੱਲ ਹੈ ਸੁਝਾਅ ਦੇਣਾ ਚਾਹੀਦਾ, ਤਾਂ ਕਿ ਪਾਰਟੀ ਮਜ਼ਬੂਤ ਹੋਵੇ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਮੈਂ ਕਹਿੰਦਾ ਕਿ ਜੋ ਕੋਈ ਸੁਝਾਅ ਦਿੰਦਾ ਉਹਨੂੰ ਪਾਰਟੀ 'ਚ ਬਹਿ ਕੇ ਸੁਝਾਅ ਦੇਣਾ ਚਾਹੀਦਾ। ਕਦੇ ਪਾਰਟੀ ਜਾਂ ਘਰ ਜਾਂ ਪਰਿਵਾਰ ਜਾਂ ਦੇਸ਼, ਜਦੋਂ ਕਿਤੇ ਜੰਗ ਲੱਗੀ ਹੁੰਦੀ ਹੈ ਉਦੋਂ ਦੇਸ਼ ਦੇ ਉਦੋਂ ਪਾਰਟੀ ਦੇ ਵਿੱਚ ਨੁਕਤਾ ਚੀਨੀਆਂ ਨਹੀਂ ਹੁੰਦੀਆਂ, ਉਦੋਂ ਉਸ ਜੰਗ ਨੂੰ ਜਿੱਤਣ ਵਾਸਤੇ ਇਕੱਠੇ ਹੋ ਕੇ ਸਿਰ ਜੋੜਨਾ ਪੈਂਦਾ, ਸਾਰਿਆਂ ਨੂੰ ਜਰਨੈਲ ਦੇ ਨਾਲ ਖੜਨਾ ਪੈਂਦਾ। ਇਸ ਕਰਕੇ ਜੋ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਨੇ, ਕਹਿੰਦੇ ਅਸੀਂ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਹਾਂ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਪਾਰਟੀ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਲੜਨਾ ਚਾਹੀਦਾ। ਕੋਈ ਐਸੀ ਗੱਲ ਨਹੀਂ, ਅਨੇਕਾਂ ਵਾਰਾਂ ਜ਼ਿੰਦਗੀ 'ਚ ਹੇਠਾਂ ਉੱਤੇ ਹੁੰਦਾ, ਜਿਵੇਂ ਸੂਰਜ ਚੜ੍ਹਿਆ ਛਿਪਿਆ ਨਹੀਂ ਰਹਿੰਦਾ, ਇਵੇਂ ਜੇਕਰ ਨਾ ਛਿਪਿਆ ਰਹੇ ਅਤੇ ਨਾ ਚੜ੍ਹਿਆ ਰਹੇ। ਸੋ ਮੈਂ ਤਾਂ ਇਹੋ ਹੀ ਬੇਨਤੀ ਕਰਾਂ ਕਿ ਸਾਨੂੰ ਬਾਹਰ ਨਹੀਂ ਅੰਦਰ ਬਹਿ ਕੇ ਕੋਈ ਵੀ ਗੱਲ ਹੈ ਸੁਝਾਅ ਦੇਣਾ ਚਾਹੀਦਾ, ਤਾਂ ਕਿ ਪਾਰਟੀ ਮਜ਼ਬੂਤ ਹੋਵੇ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਮੈਂ ਕਹਿੰਦਾ ਕਿ ਜੋ ਕੋਈ ਸੁਝਾਅ ਦਿੰਦਾ ਉਹਨੂੰ ਪਾਰਟੀ 'ਚ ਬਹਿ ਕੇ ਸੁਝਾਅ ਦੇਣਾ ਚਾਹੀਦਾ। ਕਦੇ ਪਾਰਟੀ ਜਾਂ ਘਰ ਜਾਂ ਪਰਿਵਾਰ ਜਾਂ ਦੇਸ਼, ਜਦੋਂ ਕਿਤੇ ਜੰਗ ਲੱਗੀ ਹੁੰਦੀ ਹੈ ਉਦੋਂ ਦੇਸ਼ ਦੇ ਉਦੋਂ ਪਾਰਟੀ ਦੇ ਵਿੱਚ ਨੁਕਤਾ ਚੀਨੀਆਂ ਨਹੀਂ ਹੁੰਦੀਆਂ, ਉਦੋਂ ਉਸ ਜੰਗ ਨੂੰ ਜਿੱਤਣ ਵਾਸਤੇ ਇਕੱਠੇ ਹੋ ਕੇ ਸਿਰ ਜੋੜਨਾ ਪੈਂਦਾ, ਸਾਰਿਆਂ ਨੂੰ ਜਰਨੈਲ ਦੇ ਨਾਲ ਖੜਨਾ ਪੈਂਦਾ। ਇਸ ਕਰਕੇ ਜੋ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਨੇ, ਕਹਿੰਦੇ ਅਸੀਂ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਹਾਂ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਪਾਰਟੀ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਲੜਨਾ ਚਾਹੀਦਾ। ਕੋਈ ਐਸੀ ਗੱਲ ਨਹੀਂ, ਅਨੇਕਾਂ ਵਾਰਾਂ ਜ਼ਿੰਦਗੀ 'ਚ ਹੇਠਾਂ ਉੱਤੇ ਹੁੰਦਾ, ਜਿਵੇਂ ਸੂਰਜ ਚੜ੍ਹਿਆ ਛਿਪਿਆ ਨਹੀਂ ਰਹਿੰਦਾ, ਇਵੇਂ ਜੇਕਰ ਨਾ ਛਿਪਿਆ ਰਹੇ ਅਤੇ ਨਾ ਚੜ੍ਹਿਆ ਰਹੇ। ਸੋ ਮੈਂ ਤਾਂ ਇਹੋ ਹੀ ਬੇਨਤੀ ਕਰਾਂ ਕਿ ਸਾਨੂੰ ਬਾਹਰ ਨਹੀਂ ਅੰਦਰ ਬਹਿ ਕੇ ਕੋਈ ਵੀ ਗੱਲ ਹੈ ਸੁਝਾਅ ਦੇਣਾ ਚਾਹੀਦਾ, ਤਾਂ ਕਿ ਪਾਰਟੀ ਮਜ਼ਬੂਤ ਹੋਵੇ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਮੈਂ ਕਹਿੰਦਾ ਕਿ ਜੋ ਕੋਈ ਸੁਝਾਅ ਦਿੰਦਾ ਉਹਨੂੰ ਪਾਰਟੀ 'ਚ ਬਹਿ ਕੇ ਸੁਝਾਅ ਦੇਣਾ ਚਾਹੀਦਾ। ਕਦੇ ਪਾਰਟੀ ਜਾਂ ਘਰ ਜਾਂ ਪਰਿਵਾਰ ਜਾਂ ਦੇਸ਼, ਜਦੋਂ ਕਿਤੇ ਜੰਗ ਲੱਗੀ ਹੁੰਦੀ ਹੈ ਉਦੋਂ ਦੇਸ਼ ਦੇ ਉਦੋਂ ਪਾਰਟੀ ਦੇ ਵਿੱਚ ਨੁਕਤਾ ਚੀਨੀਆਂ ਨਹੀਂ ਹੁੰਦੀਆਂ, ਉਦੋਂ ਉਸ ਜੰਗ ਨੂੰ ਜਿੱਤਣ ਵਾਸਤੇ ਇਕੱਠੇ ਹੋ ਕੇ ਸਿਰ ਜੋੜਨਾ ਪੈਂਦਾ, ਸਾਰਿਆਂ ਨੂੰ ਜਰਨੈਲ ਦੇ ਨਾਲ ਖੜਨਾ ਪੈਂਦਾ। ਇਸ ਕਰਕੇ ਜੋ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਨੇ, ਕਹਿੰਦੇ ਅਸੀਂ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਹਾਂ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਪਾਰਟੀ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਲੜਨਾ ਚਾਹੀਦਾ। ਕੋਈ ਐਸੀ ਗੱਲ ਨਹੀਂ, ਅਨੇਕਾਂ ਵਾਰਾਂ ਜ਼ਿੰਦਗੀ 'ਚ ਹੇਠਾਂ ਉੱਤੇ ਹੁੰਦਾ, ਜਿਵੇਂ ਸੂਰਜ ਚੜ੍ਹਿਆ ਛਿਪਿਆ ਨਹੀਂ ਰਹਿੰਦਾ, ਇਵੇਂ ਜੇਕਰ ਨਾ ਛਿਪਿਆ ਰਹੇ ਅਤੇ ਨਾ ਚੜ੍ਹਿਆ ਰਹੇ। ਸੋ ਮੈਂ ਤਾਂ ਇਹੋ ਹੀ ਬੇਨਤੀ ਕਰਾਂ ਕਿ ਸਾਨੂੰ ਬਾਹਰ ਨਹੀਂ ਅੰਦਰ ਬਹਿ ਕੇ ਕੋਈ ਵੀ ਗੱਲ ਹੈ ਸੁਝਾਅ ਦੇਣਾ ਚਾਹੀਦਾ, ਤਾਂ ਕਿ ਪਾਰਟੀ ਮਜ਼ਬੂਤ ਹੋਵੇ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਮੈਂ ਕਹਿੰਦਾ ਕਿ ਜੋ ਕੋਈ ਸੁਝਾਅ ਦਿੰਦਾ ਉਹਨੂੰ ਪਾਰਟੀ 'ਚ ਬਹਿ ਕੇ ਸੁਝਾਅ ਦੇਣਾ ਚਾਹੀਦਾ। ਕਦੇ ਪਾਰਟੀ ਜਾਂ ਘਰ ਜਾਂ ਪਰਿਵਾਰ ਜਾਂ ਦੇਸ਼, ਜਦੋਂ ਕਿਤੇ ਜੰਗ ਲੱਗੀ ਹੁੰਦੀ ਹੈ ਉਦੋਂ ਦੇਸ਼ ਦੇ ਉਦੋਂ ਪਾਰਟੀ ਦੇ ਵਿੱਚ ਨੁਕਤਾ ਚੀਨੀਆਂ ਨਹੀਂ ਹੁੰਦੀਆਂ, ਉਦੋਂ ਉਸ ਜੰਗ ਨੂੰ ਜਿੱਤਣ ਵਾਸਤੇ ਇਕੱਠੇ ਹੋ ਕੇ ਸਿਰ ਜੋੜਨਾ ਪੈਂਦਾ, ਸਾਰਿਆਂ ਨੂੰ ਜਰਨੈਲ ਦੇ ਨਾਲ ਖੜਨਾ ਪੈਂਦਾ। ਇਸ ਕਰਕੇ ਜੋ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਨੇ, ਕਹਿੰਦੇ ਅਸੀਂ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਹਾਂ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਪਾਰਟੀ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਲੜਨਾ ਚਾਹੀਦਾ। ਕੋਈ ਐਸੀ ਗੱਲ ਨਹੀਂ, ਅਨੇਕਾਂ ਵਾਰਾਂ ਜ਼ਿੰਦਗੀ 'ਚ ਹੇਠਾਂ ਉੱਤੇ ਹੁੰਦਾ, ਜਿਵੇਂ ਸੂਰਜ ਚੜ੍ਹਿਆ ਛਿਪਿਆ ਨਹੀਂ ਰਹਿੰਦਾ, ਇਵੇਂ ਜੇਕਰ ਨਾ ਛਿਪਿਆ ਰਹੇ ਅਤੇ ਨਾ ਚੜ੍ਹਿਆ ਰਹੇ। ਸੋ ਮੈਂ ਤਾਂ ਇਹੋ ਹੀ ਬੇਨਤੀ ਕਰਾਂ ਕਿ ਸਾਨੂੰ ਬਾਹਰ ਨਹੀਂ ਅੰਦਰ ਬਹਿ ਕੇ ਕੋਈ ਵੀ ਗੱਲ ਹੈ ਸੁਝਾਅ ਦੇਣਾ ਚਾਹੀਦਾ, ਤਾਂ ਕਿ ਪਾਰਟੀ ਮਜ਼ਬੂਤ ਹੋਵੇ।